ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਆਮ ਆਦਮੀ ਪਾਰਟੀ ਨੇ ਬਲੈਂਡਰ ਪ੍ਰਾਈਡ ਪੀਤੀ ਬਾਟੇ ਨਾਲ। ਇਹ ਮੈਂ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦੀ ਬੋਲੀ ਹੈ। ਪਰ ਜੇ ਗੱਲ ਕਰੀਏ ਟਵਿੱਟਰ 'ਤੇ ਪੋਸਟ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇਹ ਵਰਡਿੰਗ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਾਫ਼ ਸਿੱਧਾ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ 'ਤੇ। ਅਤੇ ਸਿੱਧੀ ਨਿਸ਼ਾਨਾ ਜੋ ਸਾਧਿਆ ਗਿਆ ਉਹ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ 'ਤੇ ਸਾਧਿਆ ਜਾ ਰਿਹਾ। ਪਰ ਜੇ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਵੱਲੋਂ ਅਸ਼ੋਕ ਪਰਾਸ਼ਰ ਪੱਪੀ 'ਤੇ ਸਿੱਧਾ ਨਿਸ਼ਾਨਾ ਸਾਧਣ ਦੀ, ਤਾਂ ਅਕਸਰ ਹੀ ਇਲੈਕਸ਼ਨਸ ਦੇ ਟਾਈਮ 'ਤੇ ਇਹ ਹੁੰਦਾ। ਪਰ ਜੇ ਗੱਲ ਕਰੀਏ ਸ਼ਰਾਬ ਦੀ ਪੇਟੀ ਦੇ ਨਾਲ ਵੀ ਉਮੀਦਵਾਰ ਨੂੰ ਤੋਲਿਆ ਜਾ ਰਿਹਾ, ਜੋ ਕਿ ਟਵਿੱਟਰ ਦੇ ਉੱਪਰ ਬਿਕਰਮ ਸਿੰਘ ਮਜੀਠੀਆ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਸ਼ਰਾਬ ਦੀ ਪੇਟੀ ਦੇ ਨਾਲ ਇਹਨਾਂ ਉਮੀਦਵਾਰਾਂ ਨੂੰ ਤੋਲਿਆ। ਪਰ ਜੇ ਗੱਲ ਕਰੀਏ ਕੈਪਸ਼ਨ ਦੀ, ਤਾਂ ਕੈਪਸ਼ਨ ਦੇ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਲਿਖਿਆ ਹੈ, ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਆਮ ਆਦਮੀ ਪਾਰਟੀ ਨੇ ਪੀਤੀ ਬਾਟੇ ਨਾਲ, ਜੋ ਕਿ ਕਾਫ਼ੀ ਜ਼ਿਆਦਾ ਮਖੌਲ ਵੀ ਲੱਗ ਰਿਹਾ। ਜੇ ਗੱਲ ਕਰੀਏ ਇਸ ਪੇਟੀ ਦੀ, ਤਾਂ ਇਸ ਪੇਟੀ ਦੇ ਵਿੱਚ ਆਖਿਰ ਕੀ ਹੈ ਇਹ ਤਾਂ ਕੋਈ ਨਹੀਂ ਜਾਣਦਾ, ਕਿਉਂਕਿ ਲੋਕਾਂ ਦਾ ਇਹ ਵੀ ਕਹਿਣਾ ਰਿਹਾ ਕਿ ਇਸ ਪੇਟੀ ਦੇ ਵਿੱਚ ਲੱਡੂ ਨੇ। ਪਰ ਜੇ ਦੂਜੇ ਪਾਸੇ ਦੇਖੀਏ ਤਾਂ ਦੂਜੇ ਪਾਸੇ ਬਿਆਨ ਸਾਹਮਣੇ ਆ ਰਿਹਾ ਅਸ਼ੋਕ ਪਰਾਸ਼ਰ ਪੱਪੀ ਦਾ, ਜੋ ਤੁਹਾਡੇ ਨਾਲ ਸਾਂਝਾ ਕਰਾਂਗੇ। ਉਹਨਾਂ ਨੇ ਵੀ ਕਾਫ਼ੀ ਕੁਝ ਬੋਲਿਆ, ਸੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਤੁਹਾਡਾ ਇਸ 'ਤੇ ਕੀ ਕਹਿਣਾ ਤੁਸੀਂ ਸਾਨੂੰ ਜ਼ਰੂਰ ਦੱਸਿਓ, ਅਤੇ ਵੀਡੀਓ ਦੇਖੋ ਇੱਕ ਵਾਰ ਤੁਸੀਂ ਕਿ ਅਸ਼ੋਕ ਪਰਾਸ਼ਰ ਪੱਪੀ ਜੀ ਨੇ ਕੀ ਕਿਹਾ। ਦੇਖੋ ਕਹਿਣਾ ਤਾਂ ਹੁੰਦਾ ਵਾ, ਜੇ ਕੋਈ ਬੰਦੇ ਦੀਆਂ ਗੱਲਾਂ ਦਾ ਲੋਕ ਅਸਰ ਕਰਦੇ ਹੁਣ। ਥੱਲੇ ਟਵੀਟ ਤਾਂ ਪੜ੍ਹ ਲਓ, ਲੋਕੀ ਕਹਿੰਦੇ ਆ ਬਸ ਕਰ ਹੁਣ, ਇੱਦੂ ਝੂਠੀ ਰਾਜਨੀਤੀ ਨਾ ਕਰ, ਲੋਕਾਂ ਦੀ ਸੇਵਾ ਦੀ ਰਾਜਨੀਤੀ ਕਰ। ਸੇਵਾ ਦੀ ਰਾਜਨੀਤੀ ਕਰਦੇ ਆ, ਸੇਵਾ ਦੀ ਕਰਨੀ ਆ ਰਾਜਨੀਤੀ। ਆਪਣੇ ਮੰਜੇ ਥੱਲੇ ਸੋਟਾ ਫੇਰ ਲਵੇ ਪਹਿਲਾਂ, ਝਾੜੂ ਫੇਰ ਕੇ ਦੇਖ ਲਵੇ ਕੋਈ ਪੁੜੀ ਪਾੜੀ ਨਾ ਨਿਕਲ ਆਵੇ ਪੁਰਾਣੇ। ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਆਮ ਆਦਮੀ ਪਾਰਟੀ ਨੇ ਬਲੈਂਡਰ ਪ੍ਰਾਈਡ ਪੀਤੀ ਬਾਟੇ ਨਾਲ। ਇਹ ਮੈਂ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦੀ ਬੋਲੀ ਹੈ। ਪਰ ਜੇ ਗੱਲ ਕਰੀਏ ਟਵਿੱਟਰ 'ਤੇ ਪੋਸਟ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇਹ ਵਰਡਿੰਗ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਾਫ਼ ਸਿੱਧਾ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ 'ਤੇ। ਅਤੇ ਸਿੱਧੀ ਨਿਸ਼ਾਨਾ ਜੋ ਸਾਧਿਆ ਗਿਆ ਉਹ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ 'ਤੇ ਸਾਧਿਆ ਜਾ ਰਿਹਾ। ਪਰ ਜੇ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਵੱਲੋਂ ਅਸ਼ੋਕ ਪਰਾਸ਼ਰ ਪੱਪੀ 'ਤੇ ਸਿੱਧਾ ਨਿਸ਼ਾਨਾ ਸਾਧਣ ਦੀ, ਤਾਂ ਅਕਸਰ ਹੀ ਇਲੈਕਸ਼ਨਸ ਦੇ ਟਾਈਮ 'ਤੇ ਇਹ ਹੁੰਦਾ। ਪਰ ਜੇ ਗੱਲ ਕਰੀਏ ਸ਼ਰਾਬ ਦੀ ਪੇਟੀ ਦੇ ਨਾਲ ਵੀ ਉਮੀਦਵਾਰ ਨੂੰ ਤੋਲਿਆ ਜਾ ਰਿਹਾ, ਜੋ ਕਿ ਟਵਿੱਟਰ ਦੇ ਉੱਪਰ ਬਿਕਰਮ ਸਿੰਘ ਮਜੀਠੀਆ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਸ਼ਰਾਬ ਦੀ ਪੇਟੀ ਦੇ ਨਾਲ ਇਹਨਾਂ ਉਮੀਦਵਾਰਾਂ ਨੂੰ ਤੋਲਿਆ। ਪਰ ਜੇ ਗੱਲ ਕਰੀਏ ਕੈਪਸ਼ਨ ਦੀ, ਤਾਂ ਕੈਪਸ਼ਨ ਦੇ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਲਿਖਿਆ ਹੈ, ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਆਮ ਆਦਮੀ ਪਾਰਟੀ ਨੇ ਪੀਤੀ ਬਾਟੇ ਨਾਲ, ਜੋ ਕਿ ਕਾਫ਼ੀ ਜ਼ਿਆਦਾ ਮਖੌਲ ਵੀ ਲੱਗ ਰਿਹਾ। ਜੇ ਗੱਲ ਕਰੀਏ ਇਸ ਪੇਟੀ ਦੀ, ਤਾਂ ਇਸ ਪੇਟੀ ਦੇ ਵਿੱਚ ਆਖਿਰ ਕੀ ਹੈ ਇਹ ਤਾਂ ਕੋਈ ਨਹੀਂ ਜਾਣਦਾ, ਕਿਉਂਕਿ ਲੋਕਾਂ ਦਾ ਇਹ ਵੀ ਕਹਿਣਾ ਰਿਹਾ ਕਿ ਇਸ ਪੇਟੀ ਦੇ ਵਿੱਚ ਲੱਡੂ ਨੇ। ਪਰ ਜੇ ਦੂਜੇ ਪਾਸੇ ਦੇਖੀਏ ਤਾਂ ਦੂਜੇ ਪਾਸੇ ਬਿਆਨ ਸਾਹਮਣੇ ਆ ਰਿਹਾ ਅਸ਼ੋਕ ਪਰਾਸ਼ਰ ਪੱਪੀ ਦਾ, ਜੋ ਤੁਹਾਡੇ ਨਾਲ ਸਾਂਝਾ ਕਰਾਂਗੇ। ਉਹਨਾਂ ਨੇ ਵੀ ਕਾਫ਼ੀ ਕੁਝ ਬੋਲਿਆ, ਸੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਉਸ ਤੋਂ ਪਹਿਲਾਂ ਤੁਹਾਡਾ ਇਸ 'ਤੇ ਕੀ ਕਹਿਣਾ ਤੁਸੀਂ ਸਾਨੂੰ ਜ਼ਰੂਰ ਦੱਸਿਓ, ਅਤੇ ਵੀਡੀਓ ਦੇਖੋ ਇੱਕ ਵਾਰ ਤੁਸੀਂ ਕਿ ਅਸ਼ੋਕ ਪਰਾਸ਼ਰ ਪੱਪੀ ਜੀ ਨੇ ਕੀ ਕਿਹਾ। ਦੇਖੋ ਕਹਿਣਾ ਤਾਂ ਹੁੰਦਾ ਵਾ, ਜੇ ਕੋਈ ਬੰਦੇ ਦੀਆਂ ਗੱਲਾਂ ਦਾ ਲੋਕ ਅਸਰ ਕਰਦੇ ਹੁਣ। ਥੱਲੇ ਟਵੀਟ ਤਾਂ ਪੜ੍ਹ ਲਓ, ਲੋਕੀ ਕਹਿੰਦੇ ਆ ਬਸ ਕਰ ਹੁਣ, ਇੱਦੂ ਝੂਠੀ ਰਾਜਨੀਤੀ ਨਾ ਕਰ, ਲੋਕਾਂ ਦੀ ਸੇਵਾ ਦੀ ਰਾਜਨੀਤੀ ਕਰ। ਸੇਵਾ ਦੀ ਰਾਜਨੀਤੀ ਕਰਦੇ ਆ, ਸੇਵਾ ਦੀ ਕਰਨੀ ਆ ਰਾਜਨੀਤੀ। ਆਪਣੇ ਮੰਜੇ ਥੱਲੇ ਸੋਟਾ ਫੇਰ ਲਵੇ ਪਹਿਲਾਂ, ਝਾੜੂ ਫੇਰ ਕੇ ਦੇਖ ਲਵੇ ਕੋਈ ਪੁੜੀ ਪਾੜੀ ਨਾ ਨਿਕਲ ਆਵੇ।